ਤੇ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਜੀ। ਜਰਾ ਇੱਕ ਹੋਰ ਪੰਜਾਬ ਦੇ ਮੰਤਰੀ ਨੇ ਜੀ ਚੇਤਨ ਸਿੰਘ ਜੌੜੇਮਾਜਰਾ ਜੀ। ਜੌੜੇਮਾਜਰਾ ਸਾਹਿਬ ਕਹਿੰਦੇ ਕਿ ਬਾਈ ਹੁਣ ਨਰਸਰੀਆਂ ਲਈ ਵੀ ਤੁਹਾਨੂੰ ਲਾਇਸੈਂਸ ਲੈਣੇ ਪੈਣਗੇ ਜੀ। ਕਹਿੰਦੇ ਕਿ ਬਾਈ ਹਾਂਜੀ ਕਹਿੰਦੇ ਤਾਂ ਹੈਗੇ ਨੇ ਜੀ, ਕਹਿੰਦੇ ਜਿਹੜੀਆਂ ਸਬਜ਼ੀਆਂ ਵਾਲੀਆਂ ਨਰਸਰੀਆਂ ਨੇ ਜੀ ਭਾਈ ਇਹਨਾਂ ਵਾਸਤੇ ਤੁਹਾਨੂੰ ਮਾਫ ਕਰਨਾ ਜੀ ਕਿ ਇਹਨਾਂ ਵਾਸਤੇ ਤੁਹਾਨੂੰ ਲਾਇਸੈਂਸ ਜਿਹੜੇ ਆ ਉਹ ਲੈਣੇ ਪੈਣਗੇ ਅਤੇ ਸਾਰੀਆਂ ਜਿਹੜੀਆਂ ਹੈਗੀਆਂ ਨੇ ਜੋ ਵੀ ਗਾਈਡਲਾਈਨਸ ਕਿ ਉਹਨਾਂ ਦੇ ਪਾਲਣ ਵਾਸਤੇ ਚਲੋ 2 ਕੁ ਸਾਲ ਦਾ ਤੁਹਾਨੂੰ ਵਕਫਾ ਮਿਲੇਗਾ ਕਿ ਹੌਲੀ ਹੌਲੀ ਤੁਸੀਂ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਫਾਰਮੈਲਿਟੀਆਂ ਨੇ ਪੂਰੀਆਂ ਕਰ ਲਓ ਕਿ ਜਿੱਦਾਂ ਉਹ ਇੱਕ ਨਾ ਇੱਕ ਆਪਣੇ ਇੱਥੇ ਬੀ ਐਕਟ ਵੀ ਹੈ ਨਾ, ਗੁਣਵੱਤਾ ਬੀ ਐਕਟ ਕੁਛ ਇਸ ਤਰ੍ਹਾਂ ਦਾ ਹੈ ਕਿ ਉਹਦੇ ਤਹਿਤ ਕੁਛ ਹੋ ਸਕਦਾ ਅਮੈਂਡਮੈਂਟ ਵੀ ਲਿਆਏ ਹੋਣ ਜਾਂ ਲਿਆਉਣਗੇ ਤਾਂ ਉਹ ਲਿਆ ਕੇ ਜਾਂ ਲਿਆਂਦੀ ਹੋ ਸਕਦੀ ਹੈ, ਮੈਨੂੰ ਇੰਨਾ ਨਹੀਂ ਪਤਾ ਕਿ ਉਹਦੇ ਵਿੱਚ ਫਿਰ ਜਿਹੜੇ ਕਿ ਆਪਾਂ ਪੌਦੇ ਤਿਆਰ ਕਰੇ ਹੋਏ ਲੈਂਦੇ ਹਾਂ ਜਾਂ ਕੁਛ ਵੀ ਆ ਪਨੀਰੀ ਲੈਂਦੇ ਹਾਂ ਜਾਂ ਆਪਾਂ ਕਿ ਉਹ ਸਾਰੇ ਜਿਹੜੇ ਆ ਉਹ ਉਹੀ ਹੋਣ ਜਿਹੜੇ ਆਪਾਂ ਸੋਚ ਕੇ ਲੈਂਦੇ। ਵੈਸੇ ਗੱਲ ਤਾਂ ਠੀਕ ਆ ਜੀ, ਪਰ ਰੌਲਾ ਤਾਂ ਉਹੀ ਹੈ ਨਾ ਲਾਇਸੈਂਸਾਂ ਦਾ, ਫਿਰ ਮਸਲਾ ਤਾਂ ਉੱਥੇ ਬਣ ਜਾਂਦਾ ਹੈ ਕਿ ਭੰਬਲ ਭੂਸੇ ਬੜੇ ਹੁੰਦੇ ਨੇ ਜੀ ਦਫ਼ਤਰੀ ਗੱਲਾਂ 'ਤੇ ਦਾ ਅੱਗੇ ਆਪਾਂ ਮਸਲੇ ਜਿਹੜੇ ਚੁੱਕ ਰਹੇ ਹਾਂ ਕਿ ਦਫ਼ਤਰੀ ਕੰਮ ਕਾਰ ਜਿਹੜੇ ਆ ਫਿਰ ਬੜੇ ਲਮਕਾਵੇਂ ਹੁੰਦੇ ਨੇ ਜੀ। ਸੋ ਗੱਲ ਤਾਂ ਇਹ ਆ ਕਿ ਠੀਕ ਆ ਜਿਹੜੀ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਤਾਂ ਹੋਣੀ ਚਾਹੀਦੀ ਆ ਜੀ ਕਿ ਜਿਹੜੇ ਬੀ ਆ ਜਿਹਨਾਂ ਤੋਂ ਪਨੀਰੀ ਤਿਆਰ ਹੁੰਦੀ ਆ ਉਹਨਾਂ ਦੀ ਗੁਣਵੱਤਾ ਆਲਾ ਹੋਣੀ ਚਾਹੀਦੀ ਆ, ਕੋਈ ਸ਼ੱਕ ਨਹੀਂ ਇਹਦੇ 'ਚ, ਕੋਈ ਦੋ ਰਾਏ ਨਹੀਂ ਜੀ। ਪਰ ਲਾਇਸੈਂਸ ਪ੍ਰਕਿਰਿਆ ਜਿਹੜੀ ਆ ਉਹ ਕਈ ਵਾਰ ਇੰਨੀ ਗੁੰਝਲਦਾਰ ਕਰ ਦਿੱਤੀ ਜਾਂਦੀ ਆ ਕਿ ਹੁਣ ਕਈ ਲੋਕਾਂ ਦਾ ਰੁਜ਼ਗਾਰ ਜੁੜਿਆ ਹੁੰਦਾ ਇਹਦੇ ਨਾਲ। ਆਮ ਤੌਰ 'ਤੇ ਆਪਾਂ ਪਨੀਰੀ ਬਸ ਮਿਰਚਾਂ ਦੀ ਪਨੀਰੀ ਦੇ ਦਿਓ ਜੀ, ਠੀਕ ਹੈ ਨਾ, ਹਾਂਜੀ ਆਮ ਬੰਦਾ ਤਾਂ ਜਾ ਕੇ ਇਹੀ ਲੈਂਦੇ ਜਾਂ ਗੰਢਿਆਂ ਦਾ ਕਣ ਦੇ ਦੇ ਯਾਰ ਜੀ, ਆਪਾਂ ਨੂੰ ਤਾਂ ਪਤਾ ਹੀ ਨਹੀਂ ਹੈ ਜੀ। ਅਤੇ ਫਿਰ ਜਾਂ ਤਾਂ ਇਹ ਆ ਕਿ ਤੁਸੀਂ ਲੋਕਾਂ ਨੂੰ ਵੀ ਅਵੇਅਰ ਕਰੋ ਨਾ, ਹਾਂਜੀ ਇਹ ਚੀਜ਼ ਬਹੁਤ ਲਾਜ਼ਮੀ ਆ ਕਿ ਬਾਈ ਤੁਸੀਂ ਗੁਣਵੱਤਾ ਦੇ ਮਾਮਲੇ 'ਚ ਆਹ ਚੀਜ਼ ਮੰਗਣੀ ਆ ਅਗਲੇ ਕੋਲ ਜੀ, ਜੇ ਉਹਦਾ ਵੀ ਲੈ ਕੇ ਰਿਹਾ ਤਾਂ ਫਿਰ ਫਾਇਦਾ ਕੀ ਆ, ਜਾਨੀ ਲਾਇਸੈਂਸ ਤੋਂ ਪੈਸੇ ਇਕੱਠੇ ਕਰਨੇ ਆ। ਗਲਤ ਇਹ ਹੈ ਕਿ ਕੰਮ ਦੀ ਅਵੇਅਰਨੈਸ ਜਿਹੜੀ ਆ ਜਾਗਰਤੀ ਆ ਜਿਹੜੀ ਉਹ ਫਲਾਈ ਨਹੀਂ ਜਾਂਦੀ ਜੀ। ਜੀ ਇਹ ਗੱਲ ਸਹੀ ਹੈ ਤੁਹਾਡੀ, ਇਕੱਲਾ ਬਿਆਨ ਦੇਣ ਨਾਲ ਨਹੀਂ ਉਹ ਜ਼ਰੂਰੀ ਹੈ ਜਿੱਦਾਂ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਨੇ ਦੋਵੇਂ ਪਾਸੇ, ਜੇ ਤੁਸੀਂ ਉਹਨਾਂ 'ਤੇ ਲਾਇਸੈਂਸ ਪ੍ਰਣਾਲੀ ਲਾਗੂ ਕਰ ਰਹੇ ਹੋ ਤਾਂ ਦੂਸਰੇ ਬੰਦੇ ਨੂੰ ਜਿਹੜਾ ਖਰੀਦਦਾ ਰਿਹਾ ਉਹਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ ਜੀ ਕਿ ਗੁਣਵੱਤਾ ਕਿਸ ਦੀ ਵਧੀਆ ਹੈ ਜੀ। ਸਾਡੀ ਜਿਹੜੀ ਹੈਗੀ ਆ ਭਾਵੇਂ ਸਾਡੀ ਜਿਸ ਤਰ੍ਹਾਂ ਦੀ ਜ਼ਮੀਨ ਆ ਉਹਦੇ ਵਿੱਚ ਕਿਹੜਾ ਬੀਜ ਜਿਹੜਾ ਵਧੀਆ ਚੱਲੇਗਾ ਜੀ, ਖੋਲ੍ਹੋ ਵਿਗਿਆਨਕ ਪ੍ਰਯੋਗਸ਼ਾਲਾ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਆ ਖੇਤੀ ਨਾਲ ਜੁੜੀਆਂ ਉਹ ਖੋਲ੍ਹਣੀਆਂ ਚਾਹੀਦੀਆਂ, ਮੈਂ ਤਾਂ ਕਹਿੰਦਾ ਤਹਿਸੀਲ ਪੱਧਰ 'ਤੇ, ਪਰ ਆਪਣੇ ਹੈ ਹੀ ਨਹੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਲੈਬਾਂ ਵਗੈਰਾ ਜੋ ਵੀ ਆ ਜੀ। ਆਮ ਬੰਦਾ ਜਿਹੜਾ ਕਈ ਵਾਰ ਇਹਨਾਂ ਚੀਜ਼ਾਂ ਤੋਂ ਨਾ ਪਾਣੀ ਚੈੱਕ ਕਰਾਉਂਦਾ, ਕਦੇ ਨਾ ਜ਼ਮੀਨ ਚੈੱਕ ਕਰਾਉਂਦਾ, ਮਿੱਟੀ ਪਾਵੇ ਆ। ਹਾਂਜੀ ਹਾਂਜੀ ਜੀ ਜੀ, ਤਾਂ ਇਹ ਆ ਕਿ ਜੇ ਉੱਧਰੋਂ ਵੀ ਜਾਣਕਾਰੀ ਹੋਵੇ ਭਰਪੂਰ ਅਤੇ ਇੱਧਰ ਠੀਕ ਆ ਤੁਸੀਂ ਆਪਦਾ ਕਰ ਲਓ, ਕਿਉਂਕਿ ਜੇ ਕੋਈ ਕਮਰਸ਼ਲੀ ਕਰਦਾ ਤਾਂ ਤੁਹਾਡਾ ਵੀ ਭਾਈ ਹੱਕ ਬਣਦਾ ਕਿ ਗੁਣਵੱਤਾ 'ਤੇ ਜਿਹੜੀ ਆ ਉਹ ਠੀਕ ਹੈ, ਉਹਦੇ ਨਾਲ ਕੋਈ ਕੰਪਰੋਮਾਈਜ਼ ਨਾ ਹੋਵੇ। ਹਾਂਜੀ ਕੁਆਲਿਟੀ ਦਿਓ ਜ਼ਰੂਰ ਅਗਲੇ ਤੋਂ ਪੈਸੇ, ਪਰ ਉਹ ਅੱਗੇ ਉਨੀ ਜਾਣਕਾਰੀ ਵੀ ਹੋਣੀ ਚਾਹੀਦੀ ਆ ਜੀ ਜੀ, ਇਹ ਚੀਜ਼ ਜ਼ਰੂਰੀ ਹੈ ਜੀ। ਤਾਂ ਇੱਧਰਲੇ ਪਾਸਿਓਂ ਬਾਈ ਇੱਕ ਵੀਰ ਸੀਗੇ ਉੱਪਰ ਕਹਿ ਰਹੇ ਸੀਗੇ ਅਨਹਦ ਫਿਊਜ ਆਪਣਾ ਫਰਨੀਚਰ ਸੀ, ਕਹਿ ਰਹੇ ਸੀ ਮੈਂ ਕੰਟੈਕਟ ਕਰਨਾ। ਤੁਸੀਂ ਦੇਖੋ ਗੱਲ ਇਹ ਵੀ 2-3 ਸਾਧਨ ਨੇ ਕੰਟੈਕਟ ਕਰਨ ਦੇ, ਇੱਕ ਤਾਂ ਇਹ ਕਿ ਈਮੇਲ ਕਰ ਸਕਦੇ ਹੋ ਇੱਥੇ ਯੂਟਿਊਬ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਈਮੇਲ ਆਈਡੀ ਮਿਲ ਜਾਏਗੀ ਤੁਹਾਨੂੰ, ਦੂਸਰਾ ਵਟਸਐਪ ਲਿੰਕ ਵੀ ਮਿਲ ਜਾਏਗਾ ਉਹਦੇ ਥਰੂ ਵੀ ਕਰ ਸਕਦੇ ਹੋ, ਅਤੇ ਤੀਸਰਾ ਤੁਸੀਂ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਮੈਸੇਜ ਕਰਦੇ ਇਨਬੋਕਸ ਦੇ ਵਿੱਚ ਤਾਂ ਉੱਥੋਂ ਵੀ ਤੁਸੀਂ ਆਪਣਾ ਨੰਬਰ ਡ੍ਰੌਪ ਕਰਦੇ ਹੋ ਆਪਣਾ, ਤਾਂ ਉਹ ਸਾਡੇ ਤੱਕ ਪਹੁੰਚ ਜਾਏਗਾ ਅਤੇ ਤੁਹਾਡੇ ਨਾਲ ਜਿਹੜਾ ਮਿੰਟੂ ਦਾ ਅਸੀਂ ਸੰਪਰਕ ਕਰਵਾ ਦੇਵਾਂਗੇ ਜੀ। ਤਾਂ ਇਸ ਦੇ ਨਾਲ ਹੀ ਮੈਂ ਅੱਗੇ ਨੂੰ ਚੱਲਦਾ ਜੀ, ਜਰਾ ਕੋਈ ਹੋਰ ਦੇਖ ਲੈਣਾ। ਰਣਜੀਤ ਜੀ ਕਹਿ ਰਿਹਾ ਜੀ ਕਿ ਜੌੜਾਮਾਜਰਾ ਸਾਹਿਬ ਨੇ ਤਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਸੀਗੇ ਉਹਨਾਂ ਨੇ ਵੀ ਹੱਥ ਖੜ੍ਹੇ ਕਰਾ ਦਿੱਤੇ ਸੀਗੇ ਜੀ, ਅਤੇ ਹੈਲਥ ਮਿਨਿਸਟਰ ਉਸ ਤੋਂ ਬਾਅਦ ਹੀ ਕਹਿੰਦੇ ਕਿ ਬਾਈ ਇਹਨਾਂ ਨੂੰ ਲਾ ਦਿੱਤਾ ਗਿਆ ਸੀਗਾ ਜੀ। ਚਲੋ ਕੋਈ ਗੱਲ ਨਹੀਂ ਬਾਈ, ਹੁਣ ਇੱਧਰ ਦੇਖਦੇ ਇੱਧਰ ਕੀ ਬਣਦਾ, ਵੈਸੇ ਜ਼ਰੂਰੀ ਵੀ ਹੈ ਚੀਜ਼ਾਂ ਦਾ ਤਾਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਲੋੜ ਪੈਂਦੀ ਹੈ ਤਾਂ ਉਹ ਚੀਜ਼ਾਂ ਜ਼ਰੂਰੀ ਹੈ। ਅਤੇ ਇਹਦੇ ਨਾਲ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਜੀ ਉੱਧਰੋਂ, ਹੁਣ ਜੱਜ ਸਾਹਿਬ ਕਹਿੰਦੇ ਕਿ ਬਾਈ ਗੱਲ ਥੋੜ੍ਹੀ ਜੱਜਾਂ ਦੀ ਜ਼ਿਆਦਾ ਹੋ ਰਹੀ ਹੈ ਵੈਸੇ ਅੱਜ, ਚਲੋ ਕੋਈ ਨਹੀਂ ਵਕੀਲਾਂ ਦੀ ਵੀ ਕਰ ਲੈਂਦੇ ਆਪਾਂ ਲੱਗਦੇ ਹੱਥ। ਕਹਿੰਦੇ ਕਿ ਬਾਈ ਹੁਣ ਕਾਲਾ ਕੋਟ ਪਾਉਣ ਵਾਲੇ ਜਿਹੜੇ ਉਹ ਮੁਜਰਮ ਵੀ ਤੁਰੇ ਫਿਰਦੇ ਆ, ਭਾਵ ਕਿ ਮੁਜਰਮ ਵੀ ਆ ਗਏ ਹੁਣ, ਕਹਿੰਦੇ ਕਿ ਕ੍ਰਿਮੀਨਲ ਮਾਈਂਡਡ ਆ ਬੰਦੇ ਜਾਂ ਕ੍ਰਿਮੀਨਲ ਨੇਗੇ ਉਹ ਵੀ ਕਾਲੇ ਕੋਟ ਪਾਈ ਫਿਰਦੇ, ਕਹਿੰਦੇ ਕਿ ਕੀ ਬਣ ਦੁਨੀਆ ਦਾ। ਨਹੀਂ ਤੇ ਕਈਆਂ ਨੇ ਬਹੁਤ ਵੱਡੇ ਵੱਡੇ ਜਿਹੜੇ ਕ੍ਰਿਮੀਨਲਸ ਨੇ, ਲੋਇਰ ਨੇ, ਉਹਨਾਂ ਨੇ ਆਪਣੇ ਨਾਲ ਕੇਸ ਵੀ ਲੜੇ ਹੋਏ ਆ। ਅੱਛਾ ਜੀ, ਬਹੁਤ ਸਾਰੇ ਵੱਡੇ ਕ੍ਰਿਮੀਨਲਸ ਜਿਹੜੇ ਹੋਏ ਨੇ ਜੀ, ਉਹਨਾਂ ਨੇ ਆਪਣੇ ਨਾਲ ਲਾਅ ਕਰਕੇ ਨਾਲ ਕੇਸ ਲੜੇ ਆ
कई इस तरह दे तुहानू केस मिल जाणगे जी बिल्कुल भी आपका केस आप ही लड़ूंगा तां हाँ जी केस लड़े हुए ने लोगों ने बहुत सारे केस कई फिल्मों च भी तुसीं वेख्या होना आपका केस लड़िया जाता है हाँ जी पर इत्थे मामला कुछ उल्ट हो गया है जी इलाहाबाद हाई कोर्ट के नोटिस आया कि एक बंदा उहदे ते 14 केस ते 4 चो सज़ा खा चुका है उन्हें बार काउंसिल दी मैंबरशिप लै ली मतलब कि पक्का ही वकील कहना यार ने आपका काला कोट पा लिया हुण लोड किसे दी कहना भी पासे हट जाओ हुण मैं लोगों को भी न्याय देना है जी तो भाई उस तो बाद होया कि उहदे खिलाफ काउंसिल दे विच चली गई आह शिकायत जी शायद नवंबर 22 दे विच हिसाब ला लो उन्होंने शिकायत सुनी ना कोई कार्रवाई ना की उस तो बाद फिर जिहड़ा वो बंदा सीगा वो अपने वकील के थ्रू चला गया हाई कोर्ट इलाहाबाद हाई कोर्ट के कोल जिवें मामला गया उन्होंने पहला तो मत्थे ते हथ मारिया उन्हें कहा कि बनता जा रहा है जे आ हिसाब रहा तो इतने बहुत खतरनाक स्थिति पैदा हो जाएगी कमाल की गल है कि तुहानू कोई भी ये पता नहीं लगता कि किस बंदे का यार क्रिमिनल ट्रैक किहो जिहा जी इदां थोड़ी ना होंदा कि इन्ने केस इन्ने सज़ा याफ्ता बंदा यार कमाल करी जाने तुसीं जी तो हुण उन्होंने फिर गां इहदे च हुक्म दिता है कि एक तो यह आ कि ਕਿਤਾਬ ਬੰਦੇ ਦੀ ਜਿਹੜੀ ਕ੍ਰਿਮੀਨਲ ਹਿਸਟਰੀ ਆ ਉਹ ਪਹਿਲਾਂ ਪੁੱਛੋ ਜੀ ਪੁਲਿਸ ਵੈਰੀਫਿਕੇਸ਼ਨ ਕਰਵਾਓ ਉਸ ਤੋਂ ਬਾਅਦ ਫਿਰ ਵੇਖੋ ਕਿ ਲਾਇਸੈਂਸ ਦੇਣਾ ਹੈ ਕਿ ਨਹੀਂ ਦੇਣਾ ਇਸ ਤਰ੍ਹਾਂ ਤਾਂ ਬੜਾ ਕੰਮ ਕਸੂਤਾ ਹੋ ਜਾਏਗਾ ਜੀ ਅਤੇ ਹੋਰ ਵੀ ਕੁਛ ਗੱਲਾਂ ਕਹੀਆਂ ਉਹਨਾਂ ਨੇ ਕਿ ਇਹ ਤਾਂ ਬੜਾ ਬਈ ਪ੍ਰਣਾਲੀ ਵਾਸਤੇ ਖਤਰਨਾਕ ਕੰਮ ਹੋ ਜਾਣਾ ਕਿ ਇਸ ਤਰ੍ਹਾਂ ਜੇ ਮੁਜਰਮ ਜਿਹੜੇ ਆ ਉਹ ਆਏ ਲਾਅ ਕੀਤਾ ਅਤੇ ਉਸ ਤੋਂ ਬਾਅਦ ਉਹ ਆ ਕੇ ਵਿੱਚ ਹੀ ਕੌਂਸਲ ਦੇ ਬੈਠ ਗਏ ਕਿ ਹਮ ਤਾਂ ਵਕੀਲ ਹੈ ਜੀ ਜੀ तो इस करके हुण उन्होंने फैसला दिता कि भाई ये सारी प्रक्रिया जी जो तुसी क्योंकि काउंसल की मैंबरशिप होंगी है ना तो पता जी थले अपने आ जाती है बार एसोसीएशनस जी इन्हों की मैंबरशिप लै तो बगैर तुसी वकालत नहीं ना कर सकते हाँ जी पहले काउंसल जाने पेगा स्टेट की काउंसल हाँ जी तुहानू उत्थे जाना पेगा उस तो बाद फिर तुहाडा वकालत का लाइसेंस बनया तो फिर उस तो बाद तुहाडी वकालत शुरू आ जी तो यह आ कि उत्थे फिर हाई कोर्ट ने काफ़ी उन्होंने झिड़किया फटकारिया तो नाल कहा कि भाई यदा हुण तुसी रद्द रुद करके हिसाब किताब गां तो जे कोई इस तरह का मामला आता है तो फिर उस थां ते ही निजिठिया जाना चाहिए मतलब कि परफार्मा जो भी तुहाडे कोल आउंदा कोई भर के उस वेले वेखो उहदे च खाना रख दिओ इक कि तुहानू अपनी क्रिमिनल हिस्टरी दसनी पऊगी तो जे कोई नहीं दसदा मेरे ख्याल नाल तां होएगा मिंटू जे कोई लुकाउंदा छुपाउंदा है वह शायद हो सकदा उत्थे ना होवे यूपी च यूपी च ना होवे जी ये तो कोई वकील ही दस सकता जी आप तो हम गए नहीं कदे लाइसेंस लैन जी तो गल ये कि केंद्र कि तुम खाना भी रखो बकायदा तौर पर तो जे कोई अपनी जानकारी लुका क्रिमिनल हिस्टरी लुका जी तो वो भी कार्रवाई का फिर तुम अगे अपना जोड़ा प्रोविजन करो जी जी जी